ਚੰਡੀਗੜ੍ਹ ਦੇ ਸੈਕਟਰ 16 ਸਰਕਾਰੀ ਹਸਪਤਾਲ ਦੇ ਵਿੱਚ 2021 ਦੇ ਵਿੱਚ ਇੱਕ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਸੀਗਾ। ਹਾਲਾਂਕਿ ਪੁਲਿਸ ਨੇ ਇਨਵੈਸਟੀਗੇਸ਼ਨ ਲਗਾਤਾਰ ਕੀਤੀ ਤੇ ਹੁਣ ਜਾ ਕੇ ਇਸ ਦੇ ਵਿੱਚ ਮਾਮਲਾ ਦਰਜ ਕੀਤਾ ਹੈ। ਜਿਹੜੀ ਲਾਪਰਵਾਹੀ ਹੋਈ ਹੈ ਉਹਦੀ ਸੀਸੀਟੀਵੀ ਫੁਟੇਜ ਕਬਜ਼ੇ 'ਚ ਲਿੱਤੀ ਗਈ ਸੀ ਪੁਲਿਸ ਵੱਲੋਂ। ਹਾਲਾਂਕਿ ਜਿਹੜੀ ਪੀੜਿਤ ਲੇਡੀ ਸੀਗੀ ਉਹਦੇ ਬਿਹਾਫ ਤੇ ਮਾਮਲਾ ਦਰਜ ਹੋਇਆ, ਲੇਕਿਨ ਪੂਰਾ ਇਹਦੇ ਵਿੱਚ ਕੀ ਸੀਗਾ, ਕਿਸ ਤਰ੍ਹਾਂ ਦੇ ਪੁਆਇੰਟਸ ਨਿਕਲ ਕੇ ਸਾਹਮਣੇ ਆਏ, ਸਾਡੇ ਨਾਲ ਡਿਪਟੀ ਸੁਪਰਡੈਂਡੈਂਟ ਆਫ ਪੁਲਿਸ ਗੁਰਮੁਖ ਸਿੰਘ ਜੀ ਨੇ। ਗੁਰਮੁਖ ਸਰ, ਕਿਉਂਕਿ ਮਾਮਲਾ 2021 ਦਾ ਹੈ, ਇਹਦੇ ਵਿੱਚ ਕਿਉਂਕਿ ਵੱਡੇ ਇਲਜ਼ਾਮ ਵੀ ਲਾਏ ਸੀਗੇ ਜਿਹੜੀ ਲੇਡੀ ਹੈ ਜਿਨ੍ਹਾਂ ਦੇ ਹਸਬੈਂਡ ਦੀ ਡੈਥ ਹੋਈ ਸੀ, ਹੁਣ ਇਸ ਮਾਮਲੇ 'ਚ ਇਨਵੈਸਟੀਗੇਸ਼ਨ ਕਰਦੇ ਹੋਏ ਕੀ ਨਿਕਲਿਆ ਤੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ? ਨਵੰਬਰ 2021 'ਚ ਸਾਡੇ ਕੋਲ ਇੱਕ ਕੰਪਲੇਂਟ ਆਈ ਸੀ, ਲੇਡੀ ਅਰਵਿੰਦਰ ਹੈ ਸੈਕਟਰ 35 ਦੀ ਰਹਿਣ ਵਾਲੀ, ਜਿਸਨੇ ਕੰਪਲੇਂਟ ਦਿੱਤੀ ਸੀ ਕਿ ਮੇਰੇ ਹਸਬੈਂਡ ਨੂੰ ਸੌਰਭ ਗੌਤਮ ਦਾ ਨਾਂ ਸੀਗਾ, ਜਿਹਦੇ ਟ੍ਰੀਟਮੈਂਟ ਵਾਸਤੇ ਅਸੀਂ 16 ਹੋਸਪਿਟਲ ਲੈ ਕੇ ਆਏ ਸੀਗੇ, ਅਤੇ ਵੀ ਡਾਕਟਰਾਂ ਨੇ ਨੈਗਲੀਜੈਂਸ ਕੀਤੀ, ਉਹਨੂੰ ਅੱਛੀ ਤਰ੍ਹਾਂ ਅਟੈਂਡ ਨਹੀਂ ਕੀਤਾ, ਜਿਸ ਕਰਕੇ ਉਹਦੀ ਡੈਥ ਹੋ ਗਈ ਸੀਗੀ। ਅਤੇ ਉਹ ਕੰਪਲੇਂਟ ਦੇ ਆਧਾਰ 'ਤੇ ਅਸੀਂ ਸਾਰੀ ਸੀਸੀਟੀਵੀ ਅਤੇ ਹੋਰ ਇਨਵੈਸਟੀਗੇਸ਼ਨ ਡਾਕੂਮੈਂਟ ਕਬਜ਼ੇ 'ਚ ਲਏ ਸੀ ਅਤੇ ਡਿਟੇਲ ਇਨਕੁਆਇਰੀ ਕਰਕੇ ਅਸੀਂ ਸੀਨੀਅਰ ਅਫਸਰ ਨੂੰ ਭੇਜੀ ਸੀ, ਜਿਸ 'ਤੇ ਹੁਣ ਅਸੀਂ 304 AIPC ਦਾ ਨੈਗਲੀਜੈਂਸ ਦਾ ਜਿਹੜਾ ਹੈ FIR ਦਰਜ ਕੀਤੀ ਹੈ ਅਤੇ ਇਨਵੈਸਟੀਗੇਸ਼ਨ ਕਰ ਰਹੇ ਹਾਂ। ਅਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਨਿਕਲਿਆ, ਕੋਈ ਖਾਲੀ ਡਾਕਟਰ 'ਤੇ ਹੀ ਕੀਤੀ ਹੈ, ਬਾਏ ਨੇਮ ਕੀਤੀ ਹੈ, ਕਿਸ ਤਰ੍ਹਾਂ? ਹਾਂ, ਇੱਕ ਡਾਕਟਰ ਉਹਦੇ 'ਚ ਬਾਏ ਨੇਮ ਹੈ ਅਤੇ ਕੁਛ ਡਾਕਟਰਾਂ ਦੇ ਹੋਰਾਂ ਦੇ ਵੀ ਹੈਗੇ ਆ ਉਹਨਾਂ ਦੇ ਨਾਂ ਵਿੱਚ, ਬਾਕੀ ਸਟੇਜ 'ਤੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਇਨਵੈਸਟੀਗੇਸ਼ਨ ਅਸੀਂ ਕਰਨੀ ਹੈ, ਐਵੀਡੈਂਸ ਰਿਕਾਰਡ 'ਤੇ ਲਿਆ ਰਹੇ ਹਾਂ, ਉਸ ਤੋਂ ਬਾਅਦ ਸਾਰੀ ਅਸੀਂ ਜਾਣਕਾਰੀ ਦੇਵਾਂਗੇ। ਅਤੇ ਇਹਦੇ ਵਿੱਚ ਕੋਈ ਅਰੈਸਟ ਵੀ ਹੋਇਆ ਹੈ ਹਜੇ ਤੱਕ? ਅਜੇ ਨਹੀਂ, ਜੇ ਇਨਵੈਸਟੀਗੇਸ਼ਨ ਕਰ ਰਿਹਾ ਵਾਂ, ਜਿਵੇਂ ਦੱਸਿਆ ਪਹਿਲਾਂ ਇਨਵੈਸਟੀਗੇਸ਼ਨ ਕਰਕੇ ਅਸੀਂ ਐਵੀਡੈਂਸ ਸਾਰੀ ਰਿਕਾਰਡ 'ਤੇ ਲਿਆ ਕੇ ਪ੍ਰੋਪਰ ਜਿਹੜੀ ਹੈ ਤਰੀਕੇ ਨਾਲ ਕਾਰਵਾਈ ਕਰ ਰਹੇ ਹਾਂ, ਬਾਕੀ FIR ਦਰਜ ਕਰਤੀ ਹੈ ਅਤੇ ਜਿਹੜੀ ਹੈ ਐਵੀਡੈਂਸ ਦੇ ਆਧਾਰ 'ਤੇ, ਜਿਹੜੀ ਮੈਰਿਟ ਦੇ ਆਧਾਰ 'ਤੇ ਅਸੀਂ ਕਾਰਵਾਈ ਕਰ ਰਹੇ ਹਾਂ। ਜਿੱਦਾਂ ਤੁਸੀਂ ਕਿਹਾ ਕਿ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੋਨੋਂ ਦੇ ਹਿਸਾਬ ਨਾਲ ਹੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਗਈ, ਕਿਉਂਕਿ ਸੀਸੀਟੀਵੀ ਫੁਟੇਜ ਵੀ ਸਾਹਮਣੇ? ਹਾਂਜੀ, ਇਨਕੁਆਇਰੀ ਦੇ ਵਿੱਚ ਕੁਛ ਸਾਨੂੰ ਜਿਹੜੀ ਐਵੀਡੈਂਸ ਆਈ ਹੈ ਉਸਦੇ ਬੇਸ 'ਤੇ ਅਸੀਂ ਰਿਕਮੈਂਡੇਸ਼ਨ ਕਰਕੇ ਭੇਜੀ ਸੀ, ਉਸੇ ਬੇਸ 'ਤੇ ਪਰਚਾ ਦਰਜ ਹੋਇਆ ਅਤੇ ਹੁਣ ਅੱਗੇ ਦੀ ਕਾਰਵਾਈ ਜਾਰੀ ਹੈ। ਤਾਂ ਬਿਲਕੁਲ ਜਿੱਦਾਂ ਸਰ ਨੇ ਦੱਸਿਆ, ਹਾਲਾਂਕਿ ਇਨਵੈਸਟੀਗੇਸ਼ਨ ਹੋਰ ਵੀ ਕੀਤੀ ਜਾ ਰਹੀ ਹੈ, ਕੌਣ ਕੌਣ ਇਹਦੇ ਵੀ ਸ਼ਾਮਿਲ ਸੀ, ਲੇਕਿਨ ਇੱਕ ਸੀਸੀਟੀਵੀ ਫੁਟੇਜ ਆਈ ਸੀ ਜਿਹਦੇ ਕੋਲ ਹੁਣ ਪੁਲਿਸ ਕੋਲ ਇਹ ਮਾਮਲਾ ਪਹੁੰਚਿਆ ਸੀਗਾ, ਅਤੇ ਟੈਕਨੀਕਲ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਇਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਇਨਵੈਸਟੀਗੇਸ਼ਨ ਕੀਤੀ ਅਤੇ ਫਾਈਨਲੀ ਹੁਣ ਮਾਮਲਾ ਦਰਜ ਕੀਤਾ ਗਿਆ। ਹੋਰ ਵੀ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ, ਜੋ ਜੋ ਵੀ ਉਸ ਟਾਈਮ ਜਿਹੜੇ ਡਿਊਟੀ 'ਤੇ ਸੀਗੇ ਉਹਨਾਂ ਤੋਂ ਵੀ ਹੁਣ ਪੁੱਛਗਿੱਛ ਕੀਤੀ ਜਾਏਗੀ ਕਿ ਕਿਹਦੀ ਲਾਪਰਵਾਹੀ ਰਹੀ ਹੈ, ਕਿਸ ਤਰ੍ਹਾਂ ਦਾ ਜਿਹੜਾ ਟ੍ਰੀਟਮੈਂਟ ਵਾਸਤੇ ਉੱਥੇ ਪਹੁੰਚੇ ਸੀਗੇ, ਕਿਸ ਤਰ੍ਹਾਂ ਦੇ ਟ੍ਰੀਟਮੈਂਟ ਨਹੀਂ ਦਿੱਤਾ ਗਿਆ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਚੰਡੀਗੜ੍ਹ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।